ਕਾਲ ਫਲੋਰ ਲਾਈਵ ਦੇਖ ਰਹੇ ਹੋ ਸੋ ਦੋਸਤੋ ਲਗਾਤਾਰ ਤੁਹਾਨੂੰ ਅਪਡੇਟ ਦੇ ਰਹੇ ਹਾਂ ਔਰ ਅਸੀਂ ਦਿੱਲੀ ਧਰਨੇ ਦੇ ਉੱਤੇ ਮੌਜੂਦ ਹਾਂ ਸੋ ਸਾਡੇ ਨਾਲ ਇੱਕ ਸ਼ਖਸੀਅਤ ਇਹੋ ਜੀ ਮੌਜੂਦ ਆ ਜਿਨ੍ਹਾਂ ਦੀ ਜੋ ਕੋਈ ਕਿਸੇ ਵੀ ਜਾਣ ਪਛਾਣ ਦੇ ਮੁਹਤਾਜ ਨਹੀਂ ਔਰ ਸਾਡੇ ਨਾਲ ਸੁਖਵਿੰਦਰ ਭਾਜੀ ਮੌਜੂਦ ਆ ਉਹ ਵੀ ਧਰਨੇ ਦੇ ਵਿੱਚ ਲਗਾਤਾਰ ਜੁੜੇ ਹੋਏ ਨੇ ਔਰ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਔਰ ਬਾਈ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪ ਜੀ ਨੂੰ ਸਾਰੀ ਟੀਮ ਨੂੰ ਜੀ ਸੋ ਬਾਈ ਜੀ ਤੁਸੀਂ ਵੀ ਲਗਾਤਾਰ ਪਹਿਲੇ ਦਿਨ ਤੋਂ ਹੀ ਡੇ 1 ਤੋਂ ਜਿਹੜਾ ਆ ਕਿਸਾਨਾਂ ਦੇ ਨਾਲ ਮੋਢਾ ਲਾ ਕੇ ਖੜੇ ਹੋ ਔਰ ਕਿੱਥੇ ਤੱਕ ਪਹੁੰਚਿਆ ਇਹ ਸੰਘਰਸ਼ ਔਰ ਕੀ ਲੱਗਦਾ ਤੁਹਾਨੂੰ ਹੁਣ ਕੀ ਸਿਚੁਏਸ਼ਨ ਹੈ ਸਭ ਤੋਂ ਪਹਿਲੀ ਗੱਲ ਪਿਆਰਿਓ ਕਿ ਮੈਂ ਕਿਸਾਨਾਂ ਨਾਲ ਨਹੀਂ ਖੜਾ ਮੈਂ ਖੁਦ ਕਿਸਾਨ ਹਾਂ ਮੇਰਾ ਪਿਓ ਦਾਦੇ ਪੜਦਾਦੇ ਕਿਸਾਨ ਸੀ ਔਰ ਮੇਰਾ ਫਰਜ਼ ਬਣਦਾ ਸੀਗਾ ਉਹ ਆਪਣਾ ਫਰਜ਼ ਨਿਭਾਉਣ ਵਾਸਤੇ ਜ਼ਰੂਰ ਸੀ ਇੱਥੇ ਕਿਸਾਨਾਂ ਨੂੰ ਬਚਾਉਣ ਵਾਸਤੇ ਤੋਂ ਆਪਣਾ ਫਰਜ਼ ਨਿਭਾਉਣ ਵਾਸਤੇ ਇੱਥੇ ਆਏ ਔਰ ਸਵਾਗਤ ਹੈ ਕਿੱਥੋਂ ਤੱਕ ਪਹੁੰਚਿਆ ਦੇਖੋ ਚੱਲ ਰਿਹਾ ਅਜੇ ਲੜਾਈ ਘਮਾਸਾਨ ਦੀ ਚੱਲ ਰਹੀ ਹੈ ਅਤੇ ਆਖਰੀ ਪੜਾਅ ਤੇ ਆ ਜਿਹਦੇ ਕੀ ਬਣਦਾ ਵੇਟ ਕਰ ਰਹੇ ਹਾਂ ਸੋ ਜੇ ਗੱਲ ਕਰੀਏ ਪਬਲਿਕ ਦੀ ਪਬਲਿਕ ਦਾ ਹਿਊਮ ਜਿਹੜਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਔਰ ਜੇ ਲੰਗਰਾਂ ਦੀ ਗੱਲ ਕਰੀਏ ਲੰਗਰਾਂ 'ਚ ਵੀ ਕੋਈ ਕਮੀ ਨਹੀਂ ਹੈਗੀ ਪਰ ਇੱਕ ਬੜੇ ਬਹੁਤ ਵੱਡੀ ਸਮੱਸਿਆ ਜਿਹੜੀ ਆ ਲੋਕਾਂ ਨੂੰ ਇੱਥੇ ਇਹ ਛੋਟੀ ਜਿਹੀ ਆ ਰਹੀ ਆ ਜਿਹੜਾ ਕਿ ਉਹਨਾਂ ਦਾ ਰਹਿਣ ਸਹਿਣ ਦਾ ਜਾਂ ਉਹਨਾਂ ਦਾ ਨਹਾਉਣ ਧੋਣ ਦਾ ਸਿਸਟਮ ਦੇ ਬਾਰੇ ਕੁਝ ਜਥੇਬੰਦੀਆਂ ਨੇ ਨਹੀਂ ਸੋਚਿਆ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਦੇਖੋ ਸਮੱਸਿਆ ਤਾਂ ਕੋਈ ਨਹੀਂ ਇਸ ਟਾਈਮ ਹੈਗੀ ਰਹਿਣ ਦਾ ਵੀ ਠੀਕ ਹੈ ਕਿਉਂਕਿ ਜਦੋਂ ਕਿਸਾਨਾਂ ਨੂੰ ਪਤਾ ਸੀਗਾ ਕਿ ਚੱਲੇ ਆ ਸਾਲ ਦਾ ਟਾਈਮ ਆ ਉਹਨਾਂ ਟਰਾਲੀਆਂ ਦੇ ਉੱਪਰ ਆਪਣੇ ਛੱਤਾਂ ਇਸ ਤਰ੍ਹਾਂ ਬਣਾਈਆਂ ਸੀ ਕਿ ਰਹਿਣਾ ਪੈਣਾ ਦੇਖੋ ਰੋਟੀ ਪਾਣੀ ਬਾਕੀ ਲੰਗਰ ਕਿਹਾ ਤੁਸੀਂ ਲੰਗਰ ਇੰਨਾ ਕੁ ਮੇਰਾ ਖਿਆਲ ਸਾਰੀ ਦਿੱਲੀ ਖਾਣ ਆਏ ਦੋ ਟਾਈਮ ਜੀ ਬਿਲਕੁਲ ਤੇ ਲੰਗਰ ਇੱਕ ਦੇਖੋ ਆਪਣੇ ਸਿੱਖਾਂ ਦੇ ਲੰਗਰ ਕਿਹਾ ਜੀ ਆਪਣੀ ਪ੍ਰਥਾ ਹੈ ਪ੍ਰਥਾ ਕਹਿ ਸਕਦੇ ਆਪਾਂ ਇੱਕ ਬਾਬੇ ਨਾਨਕ ਦਾ ਚਲਾਈ ਸੀ ਇੱਕ ਇਹ ਫਿਰ ਲੰਗਰ ਕਦੀ ਖਤਮ ਨਹੀਂ ਹੁੰਦਾ ਇੱਕ ਟਰਾਲੀ 10 ਬੰਦੇ ਆਉਂਦੇ ਦੇਖੋ 10 ਜਾਂ 12 ਬੰਦੇ ਆ ਤੇ ਲੰਗਰ ਬਣਦਾ 200 ਬੰਦੇ ਦਾ ਉਹ ਕਿਤੋਂ ਕੌਣ ਛਕਦਾ ਕੋਈ ਝੋਪੜ ਪੱਟੀ ਵਾਲਾ ਕੋਈ ਲਾਗੇ ਰਿਕਸ਼ੇ ਵਾਲਾ ਕੋਈ ਰੇੜੀ ਫੜੀ ਵਾਲਾ ਸਾਰੇ ਜਗ ਜਾਂਦੇ ਆ ਲੰਗਰ ਨਹੀਂ ਖਤਮ ਹੁੰਦਾ ਬਾਕੀ ਬਾਪੂ ਨਾਨਕ ਦੀ ਕਿਰਪਾ ਜਿੱਤ ਕੇ ਜਾਵਾਂਗੇ ਸੋ ਆਖਰ ਵਿੱਚ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਣਾ ਕੀ ਮੈਸੇਜ ਕੀ ਦੇਣਾ ਚਾਹੋਗੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਪਬਲਿਕ ਨੂੰ ਮੇਰੇ ਜਿਹੜੇ ਵੀਰ ਸੱਜਣ ਭੈਣ ਭਰਾ ਘਰਾਂ 'ਚ ਬੈਠੇ ਆ ਅੱਜ ਇਹ ਵੇਟ ਕਰ ਰਹੇ ਆ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਹਰ ਘਰ 'ਚੋਂ ਇੱਕ ਪਰਸਨ ਇੱਕ ਮੈਂਬਰ ਜ਼ਰੂਰ ਇੱਥੇ ਆਪਣੀ ਹਾਜ਼ਰੀ ਲਵਾਵੇ ਅੱਜ ਲੋੜ ਹੈ ਕਿਉਂਕਿ ਅੱਜ ਅਸੀਂ ਪੌੜੀ ਦੇ ਲਾਸਟ ਡੰਡੇ 'ਤੇ ਬੈਠੇ ਹੋਏ ਆ ਇੱਥੋਂ ਜੇ ਤਿਲਕ ਕੇ ਬਚਣਾ ਨਹੀਂ ਆਪਣਾ ਮੁਸ਼ਕਲ ਕੋਸ਼ਿਸ਼ ਕਰੋਗਾ ਸਾਰੇ ਆ ਕੇ ਪੌੜੀ ਨੂੰ ਫੜ ਲਈਏ ਤਾਂ ਆਪਣੀ ਜਿੱਤ ਲੈ ਕੇ ਵਾਪਸ ਜਾਈਏ ਸੋ ਤੁਸੀਂ